ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਰਿਵਿਊ ਕਰਨ ਵਾਲੇ ਹਾਂ ਸੁੱਚਾ ਸੂਰਮਾ ਫਿਲਮ ਦਾ, ਜੋ ਕਿ ਲੇਟਲੀ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਰੀਸੈਂਟਲੀ ਇਹ ਫਿਲਮ ਰਿਲੀਜ਼ ਹੋਈ ਹੈ ਅਤੇ ਬੱਬੂ ਮਾਨ ਸਟਾਰਿੰਗ ਇਹ ਫਿਲਮ ਹੈ, ਜੋ ਕਿ ਸਿਨੇਮਾ ਘਰਾਂ ਦੇ ਵਿੱਚ 20 ਸਪਤੰਬਰ ਤੋਂ ਲੱਗੀ ਹੋਈ ਹੈ। ਫਿਲਮ ਨੇ ਵੱਡੀ ਓਪਨਿੰਗ ਕੀਤੀ ਹੈ, ਗ੍ਰੈਂਡ ਓਪਨਿੰਗ ਮਿਲੀ ਹੈ ਇਸ ਫਿਲਮ ਨੂੰ, ਅਤੇ ਨਾਲ ਹੀ ਜਿਹੜੇ ਪਬਲਿਕ ਦੇ ਰਿਵਿਊ ਨੇ, ਫੈਨਸ ਦੇ ਰਿਵਿਊ ਨੇ, ਕਾਫੀ ਜ਼ਿਆਦਾ ਪੋਜ਼ਿਟਿਵ ਮਿਲ ਰਹੇ ਨੇ। ਸੋ ਹੁਣ ਕੁਝ ਫੈਕਟਰਸ ਦੇ ਅਕੋਰਡਿੰਗ ਅਸੀਂ ਫਿਲਮ ਦੀ ਸਮੀਖਿਆ ਕਰਾਂਗੇ, ਫਿਲਮ ਦਾ ਰਿਵਿਊ ਕਰਾਂਗੇ। ਸੋ ਵੱਖ ਵੱਖ ਫੈਕਟਰਸ ਦੇ ਅਕੋਰਡਿੰਗ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲੇ ਗੱਲਬਾਤ ਕਰਦੇ ਹਾਂ ਸੁੱਚਾ ਸੂਰਮਾ ਫਿਲਮ ਦੀ ਕਹਾਣੀ ਦੀ। ਇਹ ਫਿਲਮ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਹੈ, ਸੁੱਚਾ ਸੂਰਮਾ ਦੀ ਕਹਾਣੀ 'ਤੇ ਆਧਾਰਿਤ ਹੈ। ਸੁੱਚਾ ਸਮਾਓ ਵਾਲਾ, ਜੋ ਕਿ ਅਸਲੀਅਤ ਦੇ ਵਿੱਚ ਵੀ ਇੱਕ ਕਿਰਦਾਰ ਹੈ, ਇੱਕ ਫਿਲਮ ਹੈ ਜਿਸ ਦੀ ਕਹਾਣੀ ਇਹ ਬਣਾਈ ਗਈ ਹੈ। ਸੋ ਇੱਕ ਰਿਐਲਿਟੀ ਬੇਸਡ ਕਹਾਣੀ ਹੈ ਜਿਹੜੀ ਸਾਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ। ਅਸੀਂ ਸੁੱਚੇ ਸੁਰਮੇ 'ਤੇ ਲੋਕ ਗੀਤ ਸੁਣੇ ਨੇ, ਉਹਨਾਂ ਦੀਆਂ ਕਹਾਣੀਆਂ ਸੁਣੀਆਂ ਨੇ, ਲੇਕਿਨ ਹੁਣ ਜਦੋਂ ਇਹ ਕਹਾਣੀ ਬਿਗ ਸਕਰੀਨਸ 'ਤੇ ਆਉਂਦੀ ਹੈ ਤਾਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਿੱਦਾਂ ਦੇ ਸੂਰਮੇ ਹੋਏ ਨੇ ਅਤੇ ਇੱਜ਼ਤਾਂ ਖਾਤਰ ਕੀ ਕੁਝ ਕਰ ਗਏ ਨੇ ਇਹ ਸੂਰਮੇ। ਸੋ ਇਹ ਵੇਖਣਾ ਤੁਹਾਡੇ ਲਈ ਵੀ ਕਾਫੀ ਜ਼ਿਆਦਾ ਚੰਗਾ ਰਹੇਗਾ, ਇੱਕ ਬੜਾ ਹੀ ਪਿਆਰਾ ਐਕਸਪੀਰੀਅੰਸ ਹੈ ਸੁੱਚਾ ਸੂਰਮਾ ਦੀ ਕਹਾਣੀ ਨੂੰ ਸਕਰੀਨਸ ਦੇ ਉੱਤੇ ਵੇਖਣਾ, ਅਤੇ ਸਪੈਸ਼ਲੀ ਸੁੱਚੇ ਦੀ ਅਤੇ ਕੁੱਕਰ ਦੀ ਜੋ ਦੋਸਤੀ ਹੈ ਉਸ ਦੀ ਕਹਾਣੀ ਨੂੰ ਦੇਖਣਾ, ਦੋਸਤੀ ਤੋਂ ਬਾਅਦ ਕਿਵੇਂ ਇਹ ਦੋਸਤੀ ਦੁਸ਼ਮਣੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ, ਉਹਨਾਂ ਦੀ ਜਿਹੜੀ ਦੁਸ਼ਮਣੀ ਹੈ ਉਹ ਵੀ ਕਿਵੇਂ ਬਰਕਰਾਰ ਰਹਿੰਦੀ ਹੈ, ਕੀ ਕੁਝ ਹੁੰਦਾ ਇਸ ਦੁਸ਼ਮਣੀ ਕਾਰਨ, ਇਹ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਵੇਖਣ ਨੂੰ ਮਿਲੇਗਾ। ਅਤੇ ਇੱਕ ਸੱਚੀ ਸਟੋਰੀ ਦੇ ਉੱਤੇ, ਇੱਕ ਅਸਲੀ ਕਹਾਣੀ ਦੇ ਉੱਤੇ ਆਧਾਰਿਤ ਫਿਲਮ ਸੁੱਚਾ ਸੂਰਮਾ ਫਿਲਮ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀ ਹੈ। ਇਸ ਫਿਲਮ ਦੇ ਵਿੱਚ ਜੇਕਰ ਹੁਣ ਅਸੀਂ ਕੈਰੈਕਟਰਸ ਦੀ ਗੱਲ ਕਰੀਏ ਤਾਂ ਬੱਬੂ ਮਾਨ ਹੋਰਾਂ ਨੇ ਇਸ ਫਿਲਮ ਦੇ ਵਿੱਚ ਸੁੱਚਾ ਸੂਰਮਾ ਦਾ ਕਿਰਦਾਰ ਪਲੇਅ ਕੀਤਾ ਹੈ। ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ, ਬੱਬੂ ਮਾਨ ਇੱਕ ਅਜਿਹੇ ਆਰਟਿਸਟ ਨੇ ਜਿਨ੍ਹਾਂ ਦੇ ਗੀਤਾਂ ਤੋਂ ਲੈ ਕੇ ਫਿਲਮਾਂ ਤੋਂ ਲੈ ਕੇ ਇੰਟਰਵਿਊਜ਼ ਤੱਕ ਸੁਪਰਹਿੱਟ ਹੁੰਦੀਆਂ ਨੇ। ਸੋ ਔਫਕੋਰਸ ਬੱਬੂ ਮਾਨ ਦੀ ਫਿਲਮ ਨੂੰ ਇੱਕ ਗ੍ਰੈਂਡ ਓਪਨਿੰਗ ਮਿਲਣੀ ਤਾਂ ਬਣਦੀ ਹੀ ਸੀ। ਸੋ ਬੱਬੂ ਮਾਨ ਹੋਰਾਂ ਨੇ ਇਸ ਫਿਲਮ ਦੇ ਵਿੱਚ ਸੁੱਚੇ ਸੂਰਮੇ ਦਾ ਕਿਰਦਾਰ ਨਿਭਾਇਆ। ਇੰਨਾ ਹੀ ਨਹੀਂ, ਬੱਬੂ ਮਾਨ ਨੇ ਆਪਣੇ ਫੈਨਸ ਦੀਆਂ ਉਮੀਦਾਂ ਨੂੰ ਪੂਰਾ ਵੀ ਕੀਤਾ ਹੈ, ਅਤੇ ਉਮੀਦਾਂ ਤੋਂ ਕਈ ਵੱਧ ਕੇ ਜਿਹੜਾ ਕੰਮ ਹੈ ਸਾਨੂੰ ਉਹਨਾਂ ਦਾ ਵੇਖਣ ਨੂੰ ਮਿਲਿਆ ਇਸ ਫਿਲਮ ਦੇ ਵਿੱਚ। ਉਹਨਾਂ ਦੀ ਲੁੱਕਸ ਤੋਂ ਲੈ ਕੇ ਡਿਕਸ਼ਨ ਤੱਕ ਉਹਨਾਂ ਨੇ ਬਹੁਤ ਵਰਕ ਕੀਤਾ ਆਪਣੇ ਆਪ ਦੇ ਉੱਤੇ, ਅਤੇ ਬਹੁਤ ਹੀ ਵਧੀਆ ਪਰਫੋਰਮੈਂਸ ਦੇਖਣ ਨੂੰ ਮਿਲੀ ਹੈ ਸਾਨੂੰ ਸੁੱਚਾ ਸੂਰਮਾ ਫਿਲਮ ਦੇ ਵਿੱਚ ਬੱਬੂ ਮਾਨ ਦੇ ਵੱਲੋਂ। ਸੁੱਚਾ ਸੂਰਮਾ ਅਤੇ ਕੁੱਕਰ ਦੀ ਜਿਹੜੀ ਦੋਸਤੀ ਵਾਲੀ ਕੈਮਿਸਟਰੀ ਹੈ ਉਹ ਵੀ ਸਾਨੂੰ ਬਹੁਤ ਹੀ ਬਖੂਬੀ ਦੇਖਣ ਨੂੰ ਮਿਲੀ ਹੈ ਪਰਦੇ ਦੇ ਉੱਤੇ। ਸੋ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਬਲਬੀਰੋ ਦੇ ਕਿਰਦਾਰ ਦੀ, ਭਾਬੀ ਬਲਬੀਰੋ ਦੇ ਕਿਰਦਾਰ ਦੀ, ਤਾਂ ਉਸਨੂੰ ਬਖੂਬੀ ਨਿਭਾਇਆ ਗਿਆ ਹੈ। ਅਤੇ ਨਾਲ ਹੀ ਜੇਕਰ ਰਵਨੀਤ ਦੀ ਗੱਲ ਕਰੀਏ, ਜੋ ਕਿ ਬੱਬੂ ਮਾਨ ਦੇ ਅਪੋਜ਼ਿਟ ਸਾਨੂੰ ਹੀਰੋਇਨ ਨਜ਼ਰ ਆਉਂਦੇ ਨੇ, ਉਹਨਾਂ ਨੇ ਵੀ ਕਾਫੀ ਪਿਆਰਾ ਕੰਮ ਕੀਤਾ, ਅਤੇ ਇਹ ਸਾਰੇ ਹੀ ਜਿਹੜੇ ਕਰੈਕਟਰਸ ਨੇ ਮਿਲ ਕੇ ਇੱਕ ਅਜਿਹੀ ਕਹਾਣੀ, ਇੱਕ ਹਿਸਟੋਰੀਕਲ ਜਿਹੜੀ ਕਹਾਣੀ ਹੈ ਉਹ ਸਾਨੂੰ ਪਰਦੇ 'ਤੇ ਦਿਖਾਉਂਦੇ ਨੇ, ਅਤੇ ਵਾਕਈ ਸਾਨੂੰ ਲੱਗਦਾ ਹੈ ਕਿ ਇਹ ਕਿਰਦਾਰ ਅਸਲੀਅਤ ਦੇ ਵਿੱਚ ਵੀ ਉਵੇਂ ਦੇ ਹੀ ਦਿਖਦੇ ਹੋਣਗੇ। ਅਤੇ ਸਾਨੂੰ ਇੱਕ ਇਮੈਜੀਨੇਸ਼ਨ ਹੈ ਜਿਹੜੀ ਸਾਡੀ ਇੱਕ ਤਸਵੀਰਾਂ ਦੇ ਵਿੱਚ ਬਦਲ ਜਾਂਦੀ ਹੈ ਜਦੋਂ ਅਸੀਂ ਇਸ ਫਿਲਮ ਨੂੰ ਵੇਖਦੇ ਹਾਂ। ਅਤੇ ਇਹ ਸਾਰਾ ਕ੍ਰੈਡਿਟ ਕਿਤੇ ਨਾ ਕਿਤੇ ਅਮਿਤ ਔਜਮਾਨ ਨੂੰ ਜਾਂਦਾ ਹੈ, ਜੋ ਕਿ ਇਸ ਫਿਲਮ ਦੇ ਡਾਇਰੈਕਟਰ ਨੇ। ਬਖੂਬੀ ਉਹਨਾਂ ਨੇ ਇਸ ਕੰਮ ਨੂੰ ਨਿਭਾਇਆ, ਅਤੇ ਬੇਸ਼ੱਕ ਇਸ ਫਿਲਮ ਨੂੰ ਬਣਾਉਣ ਦੇ ਲਈ, ਇਸ ਫਿਲਮ ਨੂੰ ਸਿਨੇਮਾ ਤੱਕ ਪਹੁੰਚਾਉਣ ਦੇ ਲਈ 4-5 ਸਾਲ ਲੱਗ ਗਏ ਹੋਣ, ਲੇਕਿਨ ਜਦੋਂ ਇੱਕ ਵਾਰੀ ਇਹ ਫਿਲਮ ਹੁਣ ਆ ਚੁੱਕੀ ਹੈ ਨਾ, ਤਾਂ ਮਾਸਟਰਪੀਸ ਬਣ ਕੇ ਨਿਕਲ ਕੇ ਆਈ ਹੈ। ਕਿਉਂਕਿ ਅਮਿਤ ਔਜਮਾਨ ਨੇ ਨਾ ਸਿਰਫ ਸੁੱਚੇ ਸੂਰਮੇ ਦੀ ਕਹਾਣੀ 'ਤੇ ਫੋਕਸ ਕੀਤਾ, ਬਲਕਿ ਬਲਬੀਰੋ ਦਾ ਪਰਸਪੈਕਟਿਵ ਵੀ ਦਿਖਾਇਆ, ਇੱਕ ਫੀਮੇਲ ਪਰਸਪੈਕਟਿਵ ਵੀ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਨਾਲ ਹੀ ਜਿਹੜਾ ਉਸ ਸਮੇਂ ਦੇ ਕੋਸਟਿਊਮ ਸਨ, ਉਸ ਸਮੇਂ ਦੇ ਜਿਵੇਂ ਵਿਆਹ ਹੁੰਦੇ ਸੀ, ਉਸ ਸਮੇਂ ਦੇ ਮੇਲੇ ਸੀ, ਉਹਨਾਂ ਨੂੰ ਵੀ ਬੜੇ ਡੀਪਲੀ ਦਿਖਾਇਆ ਗਿਆ। ਸੋ ਇਹ ਬੜੀ ਹੀ ਪਿਆਰੀ ਚੀਜ਼ ਹੈ ਜੋ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੀ ਹੈ। ਪੁਰਾਣਿਆਂ ਸਮਿਆਂ ਦੇ ਮੇਲਿਆਂ ਬਾਰੇ, ਛਿੰਝਾਂ ਬਾਰੇ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਨੂੰ ਵੇਖ ਕੇ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਦੇ ਵਿਆਹ ਹੁੰਦੇ ਸੀ, ਕਿਵੇਂ ਰਿਸ਼ਤੇਦਾਰ ਬਹੁਤ ਸਾਰੇ ਦਿਨ ਪਹਿਲਾਂ ਹੀ ਇਕੱਠੇ ਹੋ ਜਾਂਦੇ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪੁਰਾਣੇ ਸਮੇਂ ਦੀਆਂ ਵੀ
ਵੇਖਣ ਨੂੰ ਮਿਲਣਗੀਆਂ ਇਸ ਫਿਲਮ ਦੇ ਜ਼ਰੀਏ। ਸੋ ਓਵਰਆਲ ਫਿਲਮ ਹੈ ਜਿਹੜੀ ਐਂਟਰਟੇਨਿੰਗ ਤਾਂ ਹੈ ਹੀ, ਨਾਲ ਹੀ ਇੱਕ ਦੋਸਤੀ ਦੀ ਮਿਸਾਲ ਵੀ ਦਿੰਦੀ ਹੈ ਅਤੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਯਾਰ ਮਾਰ ਕਰਨ ਵਾਲੇ ਬੰਦੇ ਦਾ ਜਾਂ ਫਿਰ ਯਾਰੀ ਵਿੱਚ ਗੱਦਾਰੀ ਕਰਨ ਵਾਲੇ ਬੰਦੇ ਦਾ ਅਖੀਰ 'ਤੇ ਕੀ ਹਸ਼ਰ ਹੁੰਦਾ ਹੈ, ਇੱਜ਼ਤਾਂ ਨੂੰ ਰੋਲਣ ਦਾ ਕੀ ਨਤੀਜਾ ਹੁੰਦਾ, ਇਹ ਵੀ ਤੁਹਾਨੂੰ ਇਹ ਫਿਲਮ ਸਿਖਾਵੇਗੀ। ਸੋ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਸੁੱਚਾ ਸੂਰਮਾ ਫਿਲਮ ਪਹੁੰਚ ਚੁੱਕੀ ਹੈ ਜੀ। ਦੇਸੀ ਚੈਨਲ ਤੁਹਾਨੂੰ ਰੈਕਮੈਂਡ ਕਰਦੇ ਕਿ ਇਸ ਫਿਲਮ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖੋ, ਅਤੇ ਜਿਵੇਂ ਕਿ ਬੱਬੂ ਮਾਨ ਦੀਆਂ ਸਾਰੀਆਂ ਹੀ ਫਿਲਮਾਂ ਨੂੰ, ਗਾਣਿਆਂ ਨੂੰ, ਇੰਟਰਵਿਊਜ਼ ਨੂੰ ਪਿਆਰ ਦਿੰਦੇ ਹੋ, ਅਤੇ ਇਸ ਫਿਲਮ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓ। ਆਲਰੇਡੀ ਸਿਨੇਮਾ ਘਰਾਂ ਦੇ ਵਿੱਚ ਮੇਲੇ ਲੱਗ ਰਹੇ ਨੇ, ਬੱਬੂ ਮਾਨ ਹੋਰਾਂ ਦੇ ਫੈਨਸ ਨੇ ਜੋ ਸਿਨੇਮਾ ਘਰਾਂ ਦੇ ਵਿੱਚ ਨੱਚ ਰਹੇ ਨੇ, ਨੋਟ ਮਾਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਹੀ ਨਵਾਂ ਐਕਸਪੀਰੀਅੰਸ ਹੈ, ਇੱਕ ਨਵਾਂ ਜਿਹੜਾ ਮਿਆਰ ਹੈ ਸੈੱਟ ਕੀਤਾ ਗਿਆ ਹੈ ਪੰਜਾਬੀ ਸਿਨੇਮਾ ਦੇ ਲਈ ਸੁੱਚਾ ਸੂਰਮਾ ਫਿਲਮ ਦੇ ਜ਼ਰੀਏ। ਸੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ, ਜੇਕਰ ਫਿਲਮ ਦੇਖ ਚੁੱਕੇ ਹੋ ਰਿਵਿਊ ਦੇਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਮੈਨੂੰ ਗਿਆਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।